ਟਾਰੀਓ ਦੇ ਵਿੱਚ 2500 ਤੋਂ ਵੱਧ ਜਿਹੜੇ ਕੇਸ ਰਿਪੋਰਟ ਹੋਏ ਅਤੇ 24 ਹੋਰ ਮੌਤਾਂ ਜਿਹੜੀਆਂ ਨਾਲ ਜੁੜੀਆਂ ਕੋਵਿਡ ਦੇ ਕਰਕੇ। ਸੋ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਇਹ ਅੰਕੜਾ 3000 ਤੋਂ ਘੱਟ ਰਹਿ ਰਿਹਾ ਅਤੇ ਜੇਕਰ 7 ਦਿਨਾਂ ਦੀ ਐਵਰੇਜ ਵੀ ਦੇਖੀਏ ਤਾਂ 2576 ਜਿਹੜੀ ਓਨਟਾਰੀਓ ਦੀ ਬਣਦੀ ਹੈ। ਸੋ ਇਸ ਕਰਕੇ ਲੱਗਦਾ ਹੈ ਕਿ ਜਿਹੜੀ ਉਹ ਕਰਵ ਹੈ ਉਹ ਥੋੜ੍ਹੀ ਬੈਂਡ ਹੋ ਰਹੀ ਹੈ, ਪਰ ਹਜੇ ਵੀ ਜਿਹੜਾ ਪ੍ਰੋਵਿੰਸ਼ੀਅਲ ਗੌਰਮੈਂਟ ਅਤੇ ਹੈਲਥ ਅਥਾਰਟੀਜ਼ ਉਹ ਇਹੀ ਕਹਿ ਰਹੀਆਂ ਕਿ ਹਾਲੇ ਸਾਨੂੰ ਜਿੰਨੀ ਦੇਰ ਇਹ ਅੰਕੜਾ 1000 ਤੋਂ ਥੱਲੇ ਨਹੀਂ ਜਾਂਦਾ ਉਨੀ ਦੇਰ ਸਾਨੂੰ ਜਿਹੜਾ ਹਦਾਇਤਾਂ ਦਾ ਪਾਲਣ ਵੀ ਕਰਨਾ ਚਾਹੀਦਾ। ਜਿਸ ਤਰ੍ਹਾਂ ਆਪਾਂ ਨੂੰ ਪਤਾ ਹੀ ਹੈ ਕਿ ਸਟੇ ਐਟ ਹੋਮ ਦੇ ਆਰਡਰ ਵੀ 2 ਹਫ਼ਤੇ ਹੋਰ ਜਿਹੜੇ ਵਧਾਏ ਗਏ ਆ, ਜਿਹੜੇ ਜੂਨ ਤੱਕ ਚੱਲਣਗੇ। ਇਸ ਕਰਕੇ ਜਿਹੜੀ ਉਸ ਅਕੋਰਡਿੰਗਲੀ ਹੀ ਲੋਕਾਂ ਨੂੰ ਜਿਹੜਾ ਇਸ ਵੇਲੇ ਚੱਲਣਾ ਜ਼ਰੂਰੀ ਬਣਿਆ ਹੋਇਆ ਤਾਂ ਕਿ ਜਿਹੜਾ ਅੰਕੜਾ ਹੋਰ ਜਲਦੀ ਜਿਹੜੀ ਕਰਵ ਉਹ ਬੈਂਡ ਹੋਵੇ ਅਤੇ 1000 ਤੋਂ ਥੱਲੇ ਜਾਂ ਉਸ ਤੋਂ ਵੀ ਘੱਟ ਜਿਹੜਾ ਅੰਕੜਾ ਆਵੇ ਅਤੇ ਆਪਾਂ ਜਿਹੜਾ ਫਿਰ ਤੋਂ ਜਿਹੜਾ ਬਿਜ਼ਨਸ ਆ ਉਹ ਖੁੱਲ੍ਹ ਸਕਣ ਅਤੇ ਜਿਹੜੀਆਂ ਆਪਣੀਆਂ ਫੈਸਿਲਿਟੀਜ਼ ਆ, ਜਿਹੜੀਆਂ ਆਊਟਡੋਰ ਫੈਸਿਲਿਟੀਜ਼ ਜਿਹੜੀਆਂ ਆਪਾਂ ਚਾਹੁੰਦੇ ਕਿ ਜਲਦੀ ਖੋਲ੍ਹਣ, ਉਹਦੇ ਲਈ ਵੀ ਆਪਾਂ ਜਿਹੜਾ ਤਿਆਰ ਹੋ ਸਕੀਏ। ਇਸ ਤੋਂ ਬਿਨਾਂ ਜਿਹੜਾ ਵੈਕਸੀਨੇਸ਼ਨ ਰੋਲ ਆਊਟ ਹੈ ਉਹ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ। ਆਪਾਂ ਜਾਣਦੇ ਹਾਂ ਕਿ ਬਹੁਤ ਸਾਰੇ ਪੋਪ ਅਪ ਕਲੀਨਿਕ ਆ ਜਿਹੜੇ ਉਹ ਚੱਲ ਰਹੇ ਨੇ, ਜਿਨ੍ਹਾਂ 'ਚ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਪਹੁੰਚ ਕੇ ਆਪਣਾ ਜਿਹੜਾ ਰੈਜੀਡੈਂਸੀ ਦਾ ਪਰੂਫ ਦਿਖਾ ਕੇ ਜਿਹੜੀ ਵੈਕਸੀਨੇਸ਼ਨ ਕਰਨ। 18 ਸਾਲ ਤੋਂ ਉੱਤੇ ਵਾਲੇ ਸਾਰੇ ਅਲਾਊਡ ਨੇ ਅਪੀਲ ਖੇਤਰ ਦੇ ਵਿੱਚ ਵੀ। ਟੋਰਾਂਟੋ ਵਿੱਚ ਵੀ ਕਾਫੀ ਤੇਜ਼ੀ ਨਾਲ ਚੱਲ ਰਿਹਾ ਹੈ ਵੈਕਸੀਨੇਸ਼ਨ ਦਾ ਰੋਲ ਆਊਟ। ਸੋ ਵੈਕਸੀਨੇਸ਼ਨ ਵੱਲ ਧਿਆਨ ਲੱਗਿਆ ਹੋਇਆ ਅਤੇ ਓਨਟਾਰੀਓ ਸਰਕਾਰ ਦਾ ਇਹੀ ਕਹਿਣਾ ਹੈ ਕਿ ਉਹ ਉਮੀਦ ਕਰਦੇ ਨੇ ਕਿ 24 ਮਈ ਤੱਕ ਲਗਭਗ ਓਨਟਾਰੀਓ ਦੇ ਵਿੱਚ ਜਿਹੜੇ ਅਡਲਟਸ ਨੇ ਜਿਹੜੇ ਕਿ ਵੈਕਸੀਨੇਸ਼ਨ ਦੇ ਲਈ ਜਿਨ੍ਹਾਂ ਨੂੰ ਜ਼ਰੂਰੀ ਹੈ ਜਿਹੜੇ ਪਰਮਿਟਡ ਨੇ ਉਹ ਉਹਨਾਂ ਨੂੰ ਵੈਕਸੀਨ ਐਡਮਿਨਿਸਟਰ ਹੋ ਜਾਏਗੀ ਅਤੇ ਉਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਜਿਹੜੀਆਂ ਚੇਂਜਸ ਆ ਸਕਦੀਆਂ ਨੇ, ਕਈ ਤਰ੍ਹਾਂ ਦੀਆਂ ਨਵੀਆਂ ਗਾਈਡਲਾਈਨਸ ਵੀ ਆਉਣਗੀਆਂ। ਸੋ ਉਸ ਪਾਸੇ ਵੱਲ ਨੂੰ ਹੁਣ ਚੱਲ ਰਿਹਾ ਹੈ, ਕੈਨੇਡਾ ਵੀ ਚੱਲ ਰਿਹਾ ਹੈ ਅਤੇ ਓਨਟਾਰੀਓ ਵੀ ਚੱਲ ਰਿਹਾ ਹੈ। ਸੋ ਇਹ ਕੋਵਿਡ ਦੇ ਵੱਲ ਜਿਹੜੀ ਵੇਵ ਜਿਹੜੀ ਕਹਿੰਦੇ ਸੀ 3rd wave ਜੋ ਪਹਿਲਾਂ ਬਹੁਤ ਖਤਰਨਾਕ ਬਣੀ ਹੋਈ ਸੀ ਉਹਦੇ ਵਿੱਚ ਹੁਣ ਕੁਝ ਬੈਂਡ ਆਉਣਾ ਸ਼ੁਰੂ ਹੋਇਆ ਹੈ। ਓਨਟਾਰੀਓ 'ਚ ਹੌਲੀ ਹੌਲੀ ਹੀ ਸਹੀ ਪਰ ਕੇਸਾਂ ਦੀ ਰਫ਼ਤਾਰ ਘਟਣੀ ਸ਼ੁਰੂ ਹੋ ਗਈ ਹੈ। ਜਿੱਥੇ ਹਰ ਦਿਨ ਕੇਸਾਂ ਦੀ ਗਿਣਤੀ 3000 ਤੋਂ ਪਾਰ ਜਾ ਰਹੀ ਸੀ, ਉੱਥੇ ਹੀ ਹੁਣ ਗਿਣਤੀ 2000 ਦੇ ਕਰੀਬ ਪਹੁੰਚਣੀ ਸ਼ੁਰੂ ਹੋ ਗਈ ਹੈ, ਜੋ ਇੱਕ ਚੰਗੀ ਗੱਲ ਹੈ। ਅੱਜ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਸੂਬੇ ਦੇ ਵਿੱਚ 2584 ਕੇਸ ਦੇਖਣ ਨੂੰ ਮਿਲੇ, ਜਦਕਿ ਕੱਲ੍ਹ ਸੂਬੇ ਦੇ ਵਿੱਚ 2362 ਕੇਸ ਰਿਪੋਰਟ ਕੀਤੇ ਗਏ ਸਨ। ਇਸ ਵਾਇਰਸ ਨਾਲ ਹੋਰ 24 ਲੋਕਾਂ ਦੀਆਂ ਮੌਤਾਂ ਵੀ ਹੋ ਗਈਆਂ, ਜਿਸ ਨਾਲ ਹੁਣ ਤੱਕ ਕੁੱਲ ਸੂਬੇ ਦੇ ਵਿੱਚ 8455 ਮੌਤਾਂ ਹੋ ਚੁੱਕੀਆਂ ਨੇ। ਜਾਣਕਾਰੀ ਦੇ ਦਈਏ ਕਿ ਇਸ ਸਮੇਂ ਓਨਟਾਰੀਓ ਦੇ ਵਿੱਚ 27,000 ਦੇ ਕਰੀਬ ਐਕਟਿਵ ਕੇਸ ਮੌਜੂਦ ਹਨ, ਜਿਨ੍ਹਾਂ ਦਾ ਸੈਲਫ ਆਈਸੋਲੇਸ਼ਨ ਪੀਰੀਅਡ ਅਤੇ ਇਲਾਜ ਚੱਲ ਰਿਹਾ ਹੈ। ਇਸ ਸਮੇਂ ਸਭ ਤੋਂ ਜ਼ਿਆਦਾ ਕੇਸ ਟੋਰਾਂਟੋ ਦੇ ਵਿੱਚ ਦੇਖਣ ਨੂੰ ਮਿਲੇ, ਜਿੱਥੇ ਟੋਰਾਂਟੋ ਦੇ ਵਿੱਚ 679 ਕੇਸ, ਉੱਥੇ ਪੀਲ ਖੇਤਰ ਦੇ ਵਿੱਚ 584 ਅਤੇ ਯੋਰਕ ਖੇਤਰ ਦੇ ਵਿੱਚ 252 ਕੋਵਿਡ ਦੇ ਕੇਸ ਸਾਹਮਣੇ ਆ ਚੁੱਕੇ ਨੇ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਕੋਵਿਡ ਅਸੈਸਮੈਂਟ ਸੈਂਟਰਾਂ ਦੇ ਵਿੱਚ 50,000 ਤੋਂ ਘੱਟ ਕੋਵਿਡ ਦੇ ਟੈਸਟ ਕੀਤੇ ਜਾ ਰਹੇ ਨੇ। ਦੱਸ ਦਈਏ ਕਿ ਕੱਲ੍ਹ ਸਿਰਫ 42,000 ਦੇ ਕਰੀਬ ਕੋਵਿਡ ਦੇ ਟੈਸਟ ਮੁਕੰਮਲ ਕੀਤੇ ਗਏ, ਜੋ ਸਰਕਾਰ ਵੱਲੋਂ ਰੱਖੇ ਗਏ ਟੀਚੇ ਨਾਲੋਂ ਬੇਹੱਦ ਘੱਟ ਹਨ। ਹਸਪਤਾਲਾਂ ਦੇ ਹਾਲਾਤ ਵੀ ਠੀਕ ਹੋਣੇ ਸ਼ੁਰੂ ਹੋ ਗਏ ਨੇ, ਜਿੱਥੇ 3rd ਵੇਵ ਦੀ ਸ਼ੁਰੂਆਤ ਤੋਂ ਹੀ ਹਸਪਤਾਲਾਂ ਦੇ ਵਿੱਚ ਗਿਣਤੀ ਮਰੀਜ਼ਾਂ ਦੀ ਵਧਣੀ ਸ਼ੁਰੂ ਹੋ ਗਈ ਸੀ, ਉੱਥੇ ਹੀ ਹੁਣ ਮਰੀਜ਼ਾਂ ਦੀ ਗਿਣਤੀ 2000 ਤੋਂ ਘੱਟ ਹੋ ਚੁੱਕੀ ਹੈ। ਇਸ ਸਮੇਂ 1546 ਲੋਕ ਹਸਪਤਾਲਾਂ ਦੇ ਵਿੱਚ ਆਪਣਾ ਇਲਾਜ ਕਰਵਾ ਰਹੇ ਨੇ, ਜਿਨ੍ਹਾਂ ਦੇ ਵਿੱਚੋਂ 785 ਲੋਕਾਂ ਨੂੰ ICU ਦੇ ਵਿੱਚ ਰੱਖਿਆ ਗਿਆ ਹੈ। ਦੂਸਰੇ ਪਾਸੇ UK ਵੇਰੀਅੰਟ ਦੇ ਮਾਮਲੇ ਘਟਣ ਦਾ ਨਾਮ ਨਹੀਂ ਲੈ ਰਹੇ ਅਤੇ ਹਰ ਦਿਨ 2000 ਤੋਂ ਭਾਰ ਮਾਮਲੇ ਸਾਹਮਣੇ ਆ ਰਹੇ ਨੇ। ਅੱਜ ਵੀ 2300 ਦੇ ਕਰੀਬ UK ਵੇਰੀਅੰਟ ਦੇ ਮਾਮਲੇ ਰਿਪੋਰਟ ਕੀਤੇ ਗਏ। ਦੱਸਦੇ ਕਿ UK ਵੇਰੀਅੰਟ ਸਭ ਤੋਂ ਵੱਧ ਖਤਰਨਾਕ ਵੇਰੀਅੰਟ ਮੰਨਿਆ ਜਾਂਦਾ ਹੈ। ਜੇਕਰ ਕੇਸਾਂ ਦੀ ਗਿਣਤੀ ਇਸੇ ਤਰ੍ਹਾਂ ਘਟਦੀ ਰਹੀ ਤਾਂ ਫੋਰਡ ਸਰਕਾਰ ਜਲਦ ਲੌਕਡਾਊਨ ਅਤੇ ਸਟੇ ਐਟ ਹੋਮ ਆਰਡਰ ਨੂੰ ਖਤਮ ਕਰ ਸਕਦੀ ਹੈ।